ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਅੱਜ ਦਾ ਮੇਰਾ ਵੀਡੀਓ ਹੈ ਰਿਲੇਟਡ ਟੂ ਦ ਪੀਐਸਪੀਸੀਐਲ ਦੀ ਜਿਹੜੀ ਰਿਕਰੂਟਮੈਂਟ ਹੈ ਅਸਿਸਟੈਂਟ ਇੰਜੀਨੀਅਰ ਦੀ ਥਰੂ ਗੇਟ 2024 ਦੇ ਬੇਸ ਤੇ 2024 ਦੇ ਬੇਸ ਤੇ ਜਿਹੜੀ ਰਿਕਰੂਟਮੈਂਟ ਕਰਨੀ ਹੈ ਜਿਸ ਦੇ ਲਿਕ ਪ੍ਰੀ ਨੋਟੀਫਿਕੇਸ਼ਨ ਕੱਢਦੇ ਹੁੰਦੇ ਨੇ ਡਿਊਰਿੰਗ ਦਾ ਟਾਈਮ ਆਫ ਜਦੋਂ ਗੇਟ ਦਾ ਫਾਰਮ ਫਿਲਿੰਗ ਚੱਲ ਰਿਹਾ ਹੁੰਦਾ ਉਸ ਟਾਈਮ ਤੇ ਜਿਹੜੀ ਵੀ ਆਰਗੇਨਾਈਜੇਸ਼ਨ ਨੇ ਉਸ ਗੇਟ ਦੇ ਥਰੂ ਰਿਕਰੂਟਮੈਂਟ ਕਰਨੀ ਹੁੰਦੀ ਹੈ ਆਫਟਰ ది ਗੇਟ एग्जाम ਤੇ ਉਸ ਦੇ ਲਈ ਉਹ ਨੋਟੀਫਿਕੇਸ਼ਨ ਨੋਟੀਫਿਕੇਸ਼ਨ ਦੇ ਦਿੰਨੇ ਆ ਐਸਾ ਹੀ ਇੱਕ ਨੋਟੀਫਿਕੇਸ਼ਨ ਜਦੋਂ ਵੀ ਪੀਐਸਪੀ ਸੈਨੇ ਰਿਕਰੂਟਮੈਂਟ ਕਰਦੀ ਹੈ ਤੇ ਆਂਦੀ ਹੈ ਲਾਸਟ ਈਅਰ ਵੀ ਆਇਆ ਸੀਗਾ ਤੇ ਇਸ ਸਾਲ ਫੇਰ ਇਸ ਵਾਰ ਆਇਆ ਹੈ ਤੇ ਜਿਸ ਦੇ ਵਿੱਚ ਇਹਨਾਂ ਨੇ ਕੁਝ ਨਵੀਂ ਬ੍ਰਾਂਚੀਜ਼ ਲਾਈਕ ਮਕੈਨੀਕਲ ਇਹਨਾਂ ਨੇ ਇਸ ਵਾਰ ਇਨਕਲੂਡ ਕਰਿਆ ਜਿਹੜਾ ਕਿ ਨਾਰਮਲੀ ਨਹੀਂ ਹੁੰਦਾ ਹੈਗਾ ਰਾਈਟ ਹੁਣ ਤੁਹਾਨੂੰ ਪਤਾ ਸਾਰਿਆਂ ਨੂੰ ਕਿ 15 ਸੋਰੀ 14 ਅਕਤੂਬਰ ਤੋਂ ਪਾਈਜ਼ ਦਾ ਬੈਚ ਸਟਾਰਟ ਕਰਨ ਜਾ ਰਹੇ ਹਾਂ ਫਰੈਸ਼ ਬੈਚ ਸਟਾਰਟ ਕਰਨ ਜਾ ਰਹੇ ਹਾਂ ਆਨਲਾਈਨ ਵੀ ਆਫਲਾਈਨ ਵੀ ਮੇਰੇ ਕੋਲ ਤੁਸੀਂ ਉਰੇ ਚੰਡੀਗੜ੍ਹ ਆ ਸਕਦੇ ਹੋ ਤੁਸੀਂ ਆਨਲਾਈਨ ਕਰ ਸਕਦੇ ਹੋ ਮੈਜੋਰਟੀ ਬੱਚੇ ਆਨਲਾਈਨ ਲਈ ਇੰਟਰਸਟਿਡ ਹੈ ਕਿਉਂਕਿ ਬਹੁਤ ਬੱਚੇ ਐਸੇ ਬਹੁਤ ਕੈਂਡੀਡੇਟ ਐਸੇ ਨੇ ਜਿਹੜੇ ਜੇਈ ਵਰਕਿੰਗ ਹੈ ਜਾਂ ਕਾਲਜ ਗੋਇੰਗ ਹੈ ਬਿਕਾਜ਼ ਫਾਈਨਲ ਇਅਰ ਇਸ ਦੇ ਲਈ ਐਲੀਜੀਬਲ ਹੁੰਦਾ ਹੈ ਔਰ ਕੋਈ ਦੂਰ ਹੈ ਬਹੁਤ سارے ਇਜ਼ ਵਿੱਚ ਰੀਜਨਸ ਹੁੰਨੇ ਕਿ ਜਿਸ ਦੇ ਵਿੱਚ ਕੈਂਡੀਡੇਟ ਜਿਹੜਾ ਹੈ ਆਨਲਾਈਨ ਪ੍ਰਿਫਰ ਕਰ ਰਿਹਾ ਹੁਣ ਆਨਲਾਈਨ ਪ੍ਰਿ ਕਿਸ ਸਰ ਕੈਟਾਗਰੀ টিచర్స్ ਨੇ ਜਿਹੜੇ ਇਸ ਨੂੰ ਪੜ੍ਹਾएंगे ਕੋਰਸ ਕੰਟੈਂਟ ਕੀ ਹੋਏਗਾ ਕਲਾਸ ਦਾ ਟਾਈਮਿੰਗ ਕੀ ਹੋਏਗਾ ਸਰ ਕੋਰਸ ਦੀ ਡਿਊਰੇਸ਼ਨ ਕੀ ਹੋਏਗੀ ਤੇ ਇਸ ਦੇ ਵਿੱਚ ਸਰ ਐਨਾਲਿਸਿਸ ਸਬਜੈਕਟ ਵਾਈਜ਼ ਆਲਦੋ ਕਿ ਸਬਜੈਕਟ ਵਾਈਜ਼ ਐਨਾਲਿਸਿਸ ਸਟ੍ਰੈਟਜੀ ਦਾ ਮੈਂ ਵੀਡੀਓ ਪਾ ਚੁੱਕੇ ਹਾਂ ਜਿਸ ਦੇ ਵਿੱਚ ਮੈਂ ਤੁਹਾਨੂੰ ਕਲੀਅਰਲੀ ਦੱਸਿਆ ਕਿ ਕਿਸ ਤਰੀਕੇ ਨਾਲ ਤੁਸੀਂ ਉਹ ਸਟ੍ਰੈਟਜੀ ਬਣਾਣੀ ਹੈ ਅਗਲੇ 3.5 ਮਹੀਨੇ ਲਈ ਉਹ ਮੈਂ ਵੀਡੀਓ ਇਸ ਵੀਡੀਓ ਦੇ ਐਂਡ ਦੇ ਵਿੱਚ ਉਸ ਨੂੰ ਟੈਗ ਵੀ ਕਰ ਦਾਂਗਾ ਤੇ ਉੱਥੇ ਤੁਹਾਨੂੰ ਉਸ ਦਾ ਆਈਡੀਆ ਵੀ ਲੱਗ ਜਾਏਗਾ ਅਗਰ ਤੁਸੀਂ ਉਹ ਵੀਡੀਓ ਨਹੀਂ ਮਿਸ ਕਰਿਆ ਰਾਈਟ ਹੁਣ ਇੱਕੀ ਕਰਕੇ ਮੈਂ ਤੁਹਾਡੇ ਸਾਰੇ ਡਾਊਟ ਕਲੀਅਰ ਕਰ ਰਿਹਾ ਹ साढ़े तीन महीने हैं रफली क्योंकि फरवरी पहले दो वीकेंड जो फिक्ड हूँ हूँ तुम्हारा पहले वीकेंड होएगा दूसरे वीकेंड होएगा जो डिटेल शेड्यूल आएगा उसी टाइम पर पता चलेगा लेकिन जिन्ना भी टाइम हूँ तुटे को बचे है तीन साढ़े तीन महीने का टाइम जो बचे है वो मोर देन सफिशियंट टाइम है एटलीस्ट इस जॉब में पकड़न दे रीजन उसके पिछले ये है मैं तुम्हें तो वीडियो भी पाया कि पिछले बार रिजर्व कैटेगरी सोलह कट ऑफ सोलह वाले का सिलेक्शन हो गया जनरल कैटेगरी पच्ची कट ऑफ पच्ची वाले का सिलेक्शन हो गया हूँ मैं ये नहीं कहूँगा कि इस बार भी सेम सिनारी रहेगा अपन प्रपेरे करना है तकरबन तो सठ सौ सतर नंबर का प्रपेरे करके चलना है ऑलरेगी अं सिलेबस कंप्लीट करवाएंगे लेकिन टारगेट करो कि सिक्सटी टू सैवंटी मार्क्स का बहुत अच्छे तरीके प्रिपेयर करो सो दैट कि एटलीस्ट तीस फोर्टी प्लस एटलीस्ट स्कोर करो टू बी ऑन द सेफर सइट्स नंबर ऑफ सीट्स नमीं कि आएंगी पता नहीं बैकलॉग आपको पता है कि सिक्सटी सीट्स तो है ही है जिस जनरल भी इंकलूडिड है ओ बी सी भी है एससी एस टी भी है सारे इंकलूडेड है रिजर्व है ही है لیکن جنرل ਦੇ ਵਿੱਚ میں ਤੁਹਾਨੂੰ ਦੱਸਿਆ ਸੀ ਕਿ ਐਕਸਪੈਕਟਿਡ ਇੰਨੀ ਕੁ ਪੋਸਟਾਂ ਤੁਸੀਂ ਹੋਰ ਮੰਨ ਕੇ ਚੱਲੋ ਤਾਂ ਰਫਲੀ ਮੈਂ ਤੁਹਾਨੂੰ ਇਹ ਕਹਿ ਕੇ ਚੱਲ ਰਹੇ ਹਾਂ ਕਿ 100 ਪਲੱਸ ਵੈਕੈਂਸੀਜ਼ ਜਿਹੜੀਆਂ ਹਨ ਤੁਹਾਨੂੰ ਆਉਣਗੀਆਂ ਇਨਕਲੂਡਿੰਗ ਬੈਕਲੌਗ ਤੇ ਨਵਾਂ ਨਵਾਂ ਕਿੰਨਾ ਆਏਗਾ ਐਗਜੈਕਟ ਫਿਗਰ ਨਹੀਂ ਪਤਾ ਆਲਦੋ ਕਿ ਥੋੜਾ ਜਿਹਾ ਮੈਨੂੰ ਰਿਸੋਰਸਸ ਤੋਂ ਪਤਾ ਚੱਲੇ ਸੀ ਉਸ ਲਈ ਮੈਂ ਤੁਹਾਨੂੰ ਇੱਕ ਵੀਡੀਓ ਪਾਤਾ ਸੀਗਾ ਚਲੋ ਆਪਾਂ ਡਾਊਟ ਕਲੀਅਰ ਕਰਦੇ ਹਾਂ ਇੱਕ ਇੱਕ ਕਰਕੇ ਸਭ ਨਾਲ ਪਹਿਲਾ ਜਿਹੜਾ ਹੈ ਕਿ ਆਪਾਂ 14 ਅਕਤੂਬਰ ਤੋਂ ਜਿਹੜੇ ਹਾਂ ਆਪਾਂ ਈਜ਼ੀਲੀ ਕਲਾਸਿਸ ਸਟਾਰਟ ਕਰ ਰਹੇ ਹਾਂ ਰਾਈਟ ਤੇ ਉਸ ਤੋਂ ਬਾਅਦ ਸਰ electronics electrical ਤੇ triple e والے ਜਿਹੜੇ ਸਟੂਡੈਂਟਸ ਹੈ ਉਹ ਇਸ ਲਈ ਇਹਨਾਂ ਨੇ ਬੋਲਿਆ ਕਿ ਅਸੀਂ ਰਿਕਰੂਟਮੈਂਟ ਕਰਾਂਗੇ ਇਹਨਾਂ ਬranches ਦਾ ਤਾਂ ਹੁਣ ਟੀਮ ਜਿਹੜੀ ਹੈ ਦੋ ਟੀਮਾਂ ਚ ਡਿਵਾਈਡਡ ਹੈ ਇਹ ਮੈਕੈਨੀਕਲ ਦੀ ਟੀਮ ਹੈ ਡਾਕਟਰ ਵਿਜੇਂਦਰ ਹੈ ਮਨੀਸ਼ ਸਰ ਹੈ ਵਿਨੀਸ਼ ਸਰ ਹੈ ਕੁਝ ਇੱਕ ਦੋ ਮੈਂਟਰ ਹੋ ਰਹੇ ਜਿਹੜੇ ਆ ਆਬਵੀਅਸਲੀ ਸ਼ਾਇਦ ਅਸੀਂ ਨਦੀਫ ਫੋਟੋ ਨਹੀਂ ਲਗਾ ਸਕਦੇ ਲੇਕਿਨ ਇੱਕ ਦੋ ਮੈਂਟਰ ਹੋ ਰਹੇ ਸਿਮਿਲਰਲੀ ਇਸ ਇਲੈਕਟ੍ਰੀਕਲ ਦਾ ਪੂਲ ਹੈ ਬੜਾ ਪੂਲ ਹੈ ਕਲਾ ਸਰ ਹੈ ਚੰਦਰ ਸਰ ਹੈ त्याਗੀ ਸਰ ਹੈ ਰਵੀ ਸਰ ਹੈ ਇਹ ਸਾਰੇ ਫੇਸਿਸ ਨੂੰ ਤੁਸੀਂ ਦੇਖਿਆ ਹੋਇਆ ਯੂਰਪੀਡੀਆ ਪਲੈਟਫਾਰਮ ਦੇ ਉੱਪਰ ਦੇਖਿਆ ਹੋਇਆ ਆਈ ਥਿੰਕ ਇੰਜੀਨੀਅਰਸ ਕੈਰੀਅਰ ਪੰਟੀ ਵੀ ਇਹਨਾਂ ਦੀ ਕੁਝ-ਕੁਝ ਵੀਡੀਓ ਤੁਹਾਨੂੰ ਮਿਲेंगी ਆ ਲੇਕਿ ਯੂਰਪੀਡੀਆ ਪਲੈਟਫਾਰਮ ਤੇ ਇਹ ਸਾਰੀ ਦੀ ਸਾਰੀ ਟੀਮ ਸੱਤ ਦੇ ਸੱਤ ਮੈਂਟਰਸ ਜਿਹੜੇ ਹਨ ਉੱਥੇ ਹੈ ਇਹ ਟੈਕਨੀਕਲ ਟੀਮ ਹੈ ਆਪਣੀ ਰਾਈਟ ਇਹਨਾਂ ਨੇ ਹੀ ਤੁਹਾਨੂੰ ਸਾਰੇ ਸਬਜੈਕਟਸ ਕਵਰ ਕਰਨਗੇ ਚਾਹੇ ਆਪਾਂ ਔਨਲਾਈਨ ਦੀ ਗੱਲ ਕਰੀਏ ਚਾਹੇ ਚੰਡੀਗੜ੍ਹ ਦੇ ਵਿੱਚ ਆਪਾਂ ਆਫਲਾਈਨ ਦੀ ਗੱਲ ਕਰੀਏ ਆਦਰਜ਼ ਹੁੰਦਾ ਕਿ ਬਹੁਤ ਬੱਚੇ ਦੇ ਡਾਊਟ ਹੁੰ ਦੀ ਟੀਮ ਜਿਹੜੀ ਹੈ ਤੁਹਾਨੂੰ ਪੜ੍ਹਾਏਗੀ ਵਿਦ ਬੈਸਟ ਕੰਟੈਂਟ ਠੀਕ ਹੈ ਜੀ ਇਹ ਤਾਂ ਰਹੀ ਟੈਕਨੀਕਲ ਦੀ ਟੀਮ ਹੁਣ ਆ ਜੋ ਨਾਨ ਟੈਕਨੀਕਲ ਦੀ ਟੀਮ ਨਾਨ ਟੈਕਨੀਕਲ ਦੀ ਅਗੇਨ ਦੇਖੋ ਕੰਸਿਸਟੈਂਸੀ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ ਕਿਸੇ ਵੀ ਚੀਜ਼ ਦੇ ਲਈ ਹੁਣ ਤੁਸੀਂ ਦੇਖੋਗੇ ਕਿ ਸਰ ਹਰ ਵਾਰ ਉਹੀ ਸੇਮ ਚਿਹਰੇ ਇਹੀ ਤਾਂ ਸਰ ਨਬੜੀ ਸਟਰੈਂਥ ਹੈ ਆਪਣੇ ਇੰਸਟੀਚਿਊਟ ਦੀ ਉਹੀ ਸੇਮ ਟੀਚਰਸ ਨੇ ਆਦਰਵਾਇਜ਼ ਹੁੰਦਾ ਹੈ ਕਿ ਇਹ 4 ਮਹੀਨੇ ਬਾਅਦ ਕੋਈ ਟੀਚਰ ਛੋੜ ਰਿਹਾ ਹੈ ਕੋਈ 2 ਮਹੀਨੇ ਬਾਅਦ ਛੋੜ ਰਿਹਾ ਹੈ ਕੋਈ ਕੁਝ ਹੋ ਰਿਹਾ ਹੈ ਐਸਾ ਨਹੀਂ ਹੈ ਇਹ ਉਹੀ ਟੀਮ ਹੈ ਜਿਹੜੀ ਪੁਰਾਣੀ ਸੀ ਟੀਮ ਕੋਈ ਆ ਤੁਹਾਡਾ ਇੰਜੀਨੀਅਰਿੰਗ ਮੈਥਮੈਟਿਕਸ ਵਾਲਾ ਪਾਰਟ ਕਵੈਂਟਿਟਿਟੀ ਐਪਟੀਟਿਊਡ ਵਾਲਾ ਪਾਰਟ ਅਗੀ ਸਰ ਨੇ ਕਵਰ ਕਰਨਾ ਹੈ ਸ਼ੁਭੇ ਮੈਂ ਅਮਨੇ ਇੰਗਲਿਸ਼ ਕਵਰ ਕਰਨਾ ਹੈ ਔਰ ਜਸਪੀਤ ਮੈਂ ਅਮਨੇ ਤੁਹਾਡਾ ਜਿਹੜਾ ਹੈ ਰੀਜ਼ਨਿੰਗ ਪਾਰਟ ਕਵਰ ਕਰਨਾ ਹੈ ਉਸ ਤੋਂ ਬਾਅਦ ਅ ਕੰਟੈਂਟ ਕਿਹਾ ਮਿਲੇਗਾ ਤੁਹਾਨੂੰ ਕੋਰਸ ਕੰਟੈਂਟ ਬਹੁਤ ਇੰਪੋਰਟੈਂਟ ਏਸ ਦੇ ਲਈ ਦੇਖੋ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਤੁਹਾਡੇ ਕੋਲ ਸਾਢੇ 3 ਮਹੀਨੇ ਰਹੇ ਤਾਂ ਤਕਰੀਬਨ 100 ਡੇਸ ਉਹ ਦਿਨ ਦਾ ਤੁਹਾਡਾ ਮੋਡਿਊਲ ਰ ਬਣਾਇਆ ਸੀ ਜਿਸ ਦੇ ਤਕਰੀਬਨ ਡੇਲੀ ਬੇਸ ਤੇ 4 ਤੋਂ 5 ਘੰਟੇ ਦੀ 4 ਤੋਂ 5 ਘੰਟੇ ਦੀ ਆਪਾਂ ਡੇਲੀ بیس ਤੇ ਕਲਾਸ ਕਰਾਂਗੇ ਤਾਂ ਰਫਲੀ ਤੁਸੀਂ ਮੰਨ ਕੇ ਚਲੋ ਕਿ 350 ਪਲੱਸ ਆਰਸ ਦਾ ਜਿਹੜਾ ਹੈ ਟੋਟਲ ਮੋਡਿਊਲ ਤੁਹਾਡਾ ਬਣੇਗਾ ਇਸ ਦੇ ਵਿੱਚ ਆਪਾਂ ਕੀ ਕਰਾਂਗੇ ਲਾਈਵ ਕਲਾਸਿਸ ਕਵਰ ਕਰਾਂਗੇ ਲਾਈਵ ਕਲਾਸਿਸ ਦੇ ਵਿੱਚ ਜਿਹੜੀਆਂ ਹੈ ਤੁਹਾਡੇ ਸਬਜੈਕਟਸ ਕਵਰ ਕਰਾਂਗੇ ਫਿਰ ਫੋਕਸ ਪਹਿਲਾਂ ਆਬਵੀਅਸਲੀ ਆਪਾਂ ਉਹਨਾਂ ਸਬਜੈਕਟਸ ਤੇ ਉੱਪਰ ਕਰਾਂਗੇ ਜਿਨ੍ਹਾਂ ਦੀ ਵੇਟੇਜ ਬਹੁਤ ਜ਼ਿਆਦਾ ਹੈ ਉਸ ਤੋਂ ਬਾਅਦ ਜਿਹੜਾ ਹੈ ਆਪਣਾ ਆ ਗਿਆ ਰਿਕਾਰਡਿੰਗ ਜੇ ਅਗਰ ਲਾਈਵ ਕਲਾਸ ਤੋਂ ਬਾਅਦ ਅਗਰ ਮਿਸ ਹੋ ਜਾਂਦਾ ਹੈ ਜਾਂ ਤੁਸੀਂ ਉਸ ਨੂੰ ਦੁਬਾਰਾ ਤੋਂ ਦੇਖਣਾ ਚਾਹੁੰਦੇ ਹੋ ਤਾਂ ਉਸ ਦਾ ਨੋ ਰਿਕਾਰਡਿੰਗ ਉਸ ਦੇ ਵਿੱਚ ਮਿਲ ਜੇਗਾ ਪ੍ਰੀਵੀਅਸ ਇਅਰ ਕੁਐਸਚਨਸ ਤੁਹਾਨੂੰ ਪੀਡੀਐਫ ਦੀ ਫਾਰਮ ਵਿੱਚ ਮਿਲਣਗੇ ਜਿਹਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ ਔਰ ਤੁਸੀਂ ਆਪਣਾ ਪ੍ਰਿੰਟ ਵੀ ਕਰਵਾ ਸਕਦੇ ਹੋ ਅੱਛੀ ਇੱਕ ਚੀਜ਼ ਹੋਰ ਲਿਖਣੀ ਰਹੇਗੀ ਪਲੱਸ ਪੀਡੀਐਫ ਨੋਟਸ ਕਿ ਜੋ ਵੀ ਟੀਚਰ ਉੱਥੇ ਪੜ੍ਹਾਏਗਾ ਉਸ ਦਾ ਤੁਹਾਨੂੰ ਪੀਡੀਐਫ ਅਗੇਨ ਨਾਲ ਦੀ ਨਾਲ ਤੁਹਾਨੂੰ ਮਿਲ ਜੇਗਾ ਪੈਨਲ ਦੇ ਉੱਪਰ ਜਿਹਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ ਔਰ ਤੁਸੀਂ ਉਸ ਨੂੰ ਪ੍ਰਿੰਟ ਕਰਵਾ ਸਕਦੇ ਹੋ ਉਸ ਤੋਂ ਬਾਅਦ ਆਨਲਾਈਨ ਟੈਸਟ ਸੀਰੀਜ਼ ਬੈਸਟ ਟੈਸਟ ਸੀਰੀਜ਼ ਜਿਹੜੀ ਯੂਰਪੀਡੀ ਪਲੇਟਫਾਰਮ ਤੇ ਪੂਰੇ ਇੰਡੀਆ ਦਾ ਬੱਚਾ ਜਿਸ ਨੂੰ ਪਰਚੇਸ ਕਰਦਾ ਹੈ ਜਿਸ ਦੇ ਵਿੱਚ ਸਬਜੈਕਟ ਵਾਈਜ਼ ਟੈਸਟ ਹੈ ਟਾਪਿਕ ਵਾਈਜ਼ ਟੈਸਟ ਹੈ ਸਬਜੈਕਟ ਵੀ ਪੂਰਾ ਸਬਜੈਕਟ ਨੂੰ ਵੀ ਪਾਰਟਸ ਡਿਵਾਈਡ ਕਰਤਾ ਟਾਪਿਕ ਵਾਈਜ਼ ਟੈਸਟ ਫਿਰ ਸਬਜੈਕਟ ਵਾਈਜ਼ ਟੈਸਟ ਫਿਰ ਕਾਸਕੇਡਿੰਗ ਟੈਸਟ ਕਾਸਕੇਡਿੰਗ ਸਬਜੈਕਟ ਹੁੰਦੇ ਜਿਸ ਦੇ ਦੋ ਤਿੰਨ ਸਬਜੈਕਟ ਨੂੰ ਮਿਲਾ ਕੇ ਬਾਲਦੇ ਆ ਸਿਰਫ ਫੁੱਲ ਮੌਕ ਟੈਸਟ ਪ੍ਰੋਪਰ ਆਪਣੇ 65 ਕੁਐਸਚਨਸ ਦੇ ਪੈਟਰਨ ਦੇ ਉੱਪਰ ਰਾਈਟ ਉਸ ਤੋਂ ਬਾਅਦ ਐਨਪੀਟੈਲ ਬੁੱਕਲੇਟ ਮਨ ਨੂੰ ਪਤਾ ਕਿ ਕਿੰਨੇ ਬੱਚਿਆਂ ਨੂੰ ਤੁਹਾਡੇ ਚ ਅਵੇਲਡ ਹੈ ਇਸ ਐਨਪੀਟੈਲ ਬੁੱਕਲੇਟਸ ਦੇ ਬਾਰੇ ਅਦਰ ਇਸ ਪੂਰੇ ਇੰਡੀਆ ਦਾ ਬੱਚਾ ਜਿਹੜਾ ਹੈ ਉਸ ਨੂੰ ਇਸ ਐਨਪੀਟੈਲ ਬੁੱਕਲੇਟਸ ਦੇ ਬਾਰੇ ਪਤਾ ਹੈ ਇਹ ਐਨਪੀਟੈਲ ਬੁੱਕਲੇਟਸ ਕੀ ਹੈ ਇਹ ਐਨਪੀਟੈਲ ਦਾ ਮੋਡਿਊਲ ਤੁਹਾਨੂੰ ਪਤਾ ਆਏਗਾ ਜਿਹਦੇ ਵਿੱਚ ਆਈਟੀ ਦਾ ਪ੍ਰੋਫੈਸਰ ਪੜ੍ਹਾਣੇ ਆ ਕਿ ਉਸ ਦੇ ਵਿੱਚ ਕੁਝ ਅਸਾਈਨ ਉਹ ਕੁਐਸ਼ਨਸ ਦਾ ਬੁੱਕਲੇਟ ਜਿਹੜਾ ਹੈ ਅਸੀਂ ਪ੍ਰੀਪੇਅਰ ਕਰਦੇ ਆਂ ਔਰ ਇਹਨਾਂ ਦਾ ਵੀਡੀਓ ਐਕਸਪਲੇਨੇਸ਼ਨ ਵੀ ਜਿਹੜਾ ਹੈ ਤੁਹਾਨੂੰ ਇਮੀਡੀਏਟਲੀ ਨਾਲ ਦੀ ਨਾਲ ਮਿਲ ਜੇਗਾ ਬੁੱਕਲੇਟ ਇਹ ਬੁੱਕਲੇਟ ਸਿਰਫ ਐਸੀ ਚੀਜ਼ ਹੈ ਜਿਹੜੀ ਤੁਹਾਨੂੰ ਹਾਰਡ ਕਾਪੀ ਕੋਰੀਅਰ ਦੇ ਥਰੂ ਆਏਗਾ ਤੁਹਾਡੇ ਐਡਰੈਸ ਦੇ ਉੱਪਰ ਤੇ ਅਦਰਵਾਈਜ਼ ਤੁਸੀਂ ਆਪਣੇ ਇੰਸਟੀਚਿਊਟ ਤੋਂ ਵੀ ਪਿਕ ਕਰ ਸਕਦੇ ਹੋ ਪ੍ਰੀਵੀਅਸ ਇਅਰ ਕੁਐਸ਼ਨਸ ਬਾਕੀ ਸਾਰੀ ਚੀਜ਼ਾਂ ਤੁਹਾਨੂੰ ਈ-ਮੋਡ 'ਚ ਮਿਲेंगी ਆ ਇਹ ਇੱਕ ਐਸੀ ਬੁੱਕਲੇਟ ਜਿਹੜੀ ਤੁਹਾਨੂੰ ਹਾਰਡ ਕਾਪੀ ਦੀ ਫਾਰਮ 'ਚ ਮਿਲੇਗੀ ਬਹੁਤ ਇੰਪੋਰਟੈਂਟ ਕੁਐਸ਼ਨਸ ਹੈ ਆਈ.ਟੀ. ਦੇ ਪ੍ਰੋਫੈਸਰਸ ਦੇ ਜਿਹੜ पूरे मॉड्यूल ਦੇ ਵਿੱਚ ਕੋਰਸ ਡਿਊਰੇਸ਼ਨ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਸ ਦੇ ਵਿੱਚ 100 ਡੇਜ਼ ਦਾ ਹੈ ਠੀਕ ਹੈ ਜੀ ਕਲਾਸ ਟਾਈਮਿੰਗ ਕਲਾਸ ਟਾਈਮਿੰਗ ਨੂੰ ਲੈ ਕੇ ਬਹੁਤ ਜ਼ਿਆਦਾ ਪੁਆਇੰਟ ਹੈ ਸਰ ਮੈਂ ਕਾਲਜ ਜਾਂਦਾ ਸਰ ਮੈਂ ਵਰਕਿੰਗ ਆ ਬਹੁਤ ਜ਼ਿਆਦਾ ਐਸੇ ਜਿਹੜੇ ਹੈ ਹਰ ਕਿਸੇ ਨਾਲ ਕੋਈ ਨਾ ਕੋਈ ਕੰਸਟ੍ਰੇਂਟ ਹੈ ਸਟੂਡੈਂਟ ਦੀ ਕੁਇਰੀਜ਼ ਹੈ ਬਹੁਤ तरह ਦੀ ਅਲਗ-ਅਲਗ ਕੁਇਰੀਜ਼ ਹੈ ਲੇਕਿਨ ਇਹ ਚੀਜ਼ ਮੰਨ ਲੇ ਕਿ ਚਲੋ ਕਿ ਜਿਹੜਾ ਪ੍ਰੋਫੈਸ਼ਨ ਕਰੇਗਾ ਉਹ ਕੱਢ ਜਾਏਗਾ ਬੜੀ ਸਿੰਪਲ ਇਸ਼ੂਜ਼ ਕਨਸਟ੍ਰੈਂਟਸ ਹਰ ਕਿਸੇ ਦੀ ਲਾਈਫ 'ਚ ਹੈ ਕੋਈ ਨਾ ਕੋਈ ਕਿਸੇ ਨਾ ਕਿਸੇ ਨੂੰ ਕੋਈ ਇਸ਼ੂ ਹੈ ਕੋਈ ਕਾਲਜ ਗੋਇੰਗ ਹੈ ਕੋਈ ਜੌਬ ਕਰਦਾ ਹੈ ਕੋਈ ਕਿਸ ਮਤਲਬ ਕੋਈ ਵੀ ਕਿਸੇ ਵੀ ਤਰੀਕੇ ਦਾ ਇਸ਼ੂ ਹੋ ਸਕਦਾ ਹੈ ਕਿੰਨਾ ਟਾਈਮ ਰਹਿ ਗਿਆ ਉਹਨਾਂ ਉਹਨੂੰ ਛੱਡੋ ਇੱਕ ਸਾਈਡ ਦੇ ਉੱਪਰ ਸਿਰਫ ਹੁਣ ਇੱਕੇ ਚੀਜ਼ ਦੇ ਉੱਪਰ ਫੋਕਸ ਕਰ ਲਓ ਉਹ ਕੀ ਚੀਜ਼ ਹੈ ਕਿ ਤੁਸੀਂ ਆਪਣੀ ਐਗਜ਼ਾਮ ਦੀ ਪ੍ਰਪਰੇਸ਼ਨ ਕਰਨਾ ਸਟਾਰਟ ਕਰ ਦਿਓ ਸੋ ਉਹ ਦਿਨ ਮੋਰ ਥੈਨ ਸਫੀਸ਼ੀਐਂਟ ਹੈ ਅਗਰ ਤੁਸੀਂ ਪੀਐਸਪੀਸੀਲ ਦੇ ਵਿੱਚ ਜੌਬ ਲੈਣਾ ਚਾਹੁੰਦੇ ਹੋ ਉਸ ਤੋਂ ਬਾਅਦ ਇੱਕ ਚੀਜ਼ ਹੋਰ ਮੇਰੇ ਕੋਲ ਹੁਣ ਕੁਰੀਜ਼ ਆ ਰਹੀਆਂ ਮੈਂ ਤੁਹਾਨੂੰ ਕਲੀਅਰਲੀ ਕਹਿ ਰਿਹਾ ਬੱਚਿਓ ਮਕੈਨੀਕ PSUਜ਼ ਪਬਲਿਕ ਸੈਕਟਰ ਦੇ ਵਿੱਚ ਜਿਹੜਾ ਮੇਜੋਰਿਟੀ ਰਿਕਰੂਟਮੈਂਟ ਹੁੰਦੀ ਹੈ ਇਹਨਾਂ ਤਿੰਨ ਕੋਰਪ੍ਰੈਂਚੀਜ਼ ਦੀ ਹੁੰਦੀ ਹੈ ਸਪੈਸ਼ਲੀ ਮਕੈਨਿਕਲ ਦੀਆਂ ਸਿੱਟਾਂ ਖਾਲੀ ਰਹਿ ਜਾ ਰਹੀਆਂ ਮੇਅਰ ਗੇਟ ਕੁਆਲੀਫਾਈ ਕਰਨ ਤੇ ਵੀ ਪਬਲਿਕ ਸੈਕਟਰ ਤੋਂ ਕਾਲ ਆ ਰਿਹਾ ਹੈ NTPC ਨੇ 200 ਵੈਕੈਂਸੀਜ਼ ਇਸ ਵਾਰ ਕੱਢੀਆਂ ਹਨ ਕੋਲ ਇੰਡੀਆ ਦੇ ਵਿੱਚ ਵੀ ਨਿਕਲਦੀਆਂ ਹਨ অলমোস্ট ਹਰ ਪੀਐਸਯੂ ਦੇ ਵਿੱਚ ਆਉਂਦੀ ਹੈ ਵੈਕੈਂਸੀਸ ਖਾਸ ਕਰਕੇ ਮਕੈਨੀਕਲ ਦੀਆਂ ਇਲੈਕਟ੍ਰੀਕਲ ਦੀ ਵੀ ਆਉਂਦੀਆਂ ਸਿਟਾਂ ਖਾਲੀ ਚੱਲੀ ਜਾ ਰਹੀਆਂ ਤੁਸੀਂ ਕਰਨਾ ਕੀ ਹੈ ਤੁਸੀਂ ਬਸ ਆਪਣੇ ਆਪ ਨੂੰ ਪ੍ਰੇਪਰੇਸ਼ਨ ਕਰੋ ਮਾਰਕਸ ਲੈ ਕੇ ਉਹ ਸਟ੍ਰੈਟੇਜੀ ਆਪਾਂ ਬਣਾ ਲਵਾਂਗੇ ਪੋਸਟ ਗ੍ਰੈਡ ਕਾਉਂਸਲਿੰਗ ਲਈ ਇੰਡੀਆ ਦਾ ਬੈਸਟ ਇੰਸਟੀਟਿਊਟ ਹੈ ਯੂਰਪੀਡਿਆ ਬੈਸਟ ਆਰਗੇਨਾਈਜੇਸ਼ਨ ਹੈ ਜਿਹੜਾ ਕਰਵਾਉਂਦਾ ਹੈ ਪੋਸਟ ਗ੍ਰੈਡ ਕਾਉਂਸਲਿੰਗ ਹੋਰ ਕੋਈ ਨਹੀਂ ਕਰਵਾਉਂਦਾ ਤੁਸੀਂ ਬਸ ਕਰਨਾ ਕੀ ਹੈ ਕਿ ਜਸਟ ਉਸ ਤੋਂ ਬਾਅਦ ਆਪਾਂ ਸਟ੍ਰੈਟੇਜੀ ਬਣਾएंगे ਗੇਟ ਐਗਜ਼ਾਮ ਤੋਂ ਬਾਅਦ ਸਰ ਮੇਰੇ ਇਹ ਮਾਰਕਸ ਆਏ ਹਨ ਠੀਕ ਹੈ ਪ ਫੋਰ ਮੇਰੇ ਕੋਰਸ ਦਾ ਦੱਸੋ ਕੀ ਆਪਸ਼ਨ ਹੈ ਰਾਈਟ ਆਯੂਸੀਐਲ ਦੇ ਬੱਚੇ ਵਰਕਿੰਗ ਹੈ ਬੀਪੀਸੀਐਲ ਐਚਬੀਸੀਐਲ ਮжоਰਿਟੀ ਵਰਕਿੰਗ ਹੈ ਔਰ ਆਪਣੀ ਸਟੇਟ ਦੇ ਵਿੱਚ ਹੀ ਪੰਜਾਬ ਦੇ ਵਿੱਚ ਹੀ ਉਹਨਾਂ ਦਾ ਜਿਹੜਾ ਹੈ ਇਸ ਟਾਈਮ ਤੇ ਉਹਨਾਂ ਨੂੰ ਪੋਸਟਿੰਗ ਮਿਲੀ ਹੋਈ ਹੈ ਤਾਂ ਐਸਾ ਵੀ ਨਹੀਂ ਕਿ ਸਰ ਆਪਾਂ ਨੂੰ ਪੰਜਾਬ ਤੋਂ ਬਾਹਰ ਹੀ ਜਾਣਾ ਪਏਗਾ ਉਸ ਦੇ ਨਾਲ ਔਰ ਇਹ ਚੀਜ਼ਾਂ ਸਾਰੀਆਂ ਬਾਅਦ ਦੀ ਸੋਚਣ ਦੀ ਗੱਲ ਹੈ ਇਸ ਟਾਈਮ ਤੇ ਫੋਕਸ ਕਰੋ ਸਿਰਫ ਆਪਣੀ ਇੱਕੀ ਚੀਜ਼ ਉੱਪਰ ਕਿ ਸਰ ਗੇਟ ਨੂੰ ਮੈਂ ਜਿਹੜਾ ਹੈ ਕਿਸ ਤਰੀਕੇ ਨਾਲ ਪ੍ਰਪਰੇਸ਼ਨ ਕਰ ਸਕਾਂ ਸਟ੍ਰੈਟੇਜੀ ਦੀ ਵੀਡੀਓ ਮੈਂ ਬਹੁਤ ਡੀਟੇਲਸ ਤੋਂ ਤੁਹਾਨੂੰ ਪਾ ਚੁੱਕਿਆ ਹਾਂ ਉਸ ਸਮੇਂ ਰਾਈਟ ਕਲਾਸ ਲੈਮਿਕ ਦ ਆਪਣਾ ਵਰਕਿੰਗ ਵਾਲਾ ਹੋਏ स्लॉट ਸੈਕਿੰਡ ਹੈ 6 ਵਜੇ ਤੋਂ 11 ਵਜੇ ਤੱਕ ਹੁਣ ਇਹ ਵਾਲਾ स्लॉट ਮੇ ਕਿਹੜਾ ਸਲੋਟ ਤੁਹਾਨੂੰ ਸ਼ੋ ਕਰ ਰਿਹਾ ਹੈ ਕਿ ਤੁਹਾਡੀ ਜਿਹੜੀ ਕਲਾਸ ਦੀ ਟਾਈਮਿੰਗ ਹੈ ਇਹਨਾਂ ਦੇ ਵਿੱਚ ਹੀ ਲਾਈ ਕਰੇਗੀ ਇਸ਼ੂ ਨਹੀਂ ਹੋਣਾ ਚਾਹੀਦਾ ਕੱਲ ਨੂੰ ਸਰ ਮਾਰਨਿੰਗ ਕਿਉਂ ਰੱਖਤੀ ਜਾਂ ਇਵਨਿੰਗ ਕਿਉਂ ਰੱਖਤੀ ਸਰ ਓਨਲੀ ਇਵਨਿੰਗ ਕਿਉਂ ਰੱਖਤੀ ਸਰ ਓਨਲੀ ਮਾਰਨਿੰਗ ਕਿ ਰੱਖੀ ਜਦੋਂ ਵੀ ਰੱਖੇਗੇ ਇਸੇ ਟਾਈਮ ਦੇ ਸਲੋਟ ਦੇ ਵਿੱਚ ਰੱਖੇਗੇ ਕੋਸ਼ਿਸ਼ ਕਰਨੀ ਕਿ ਜਿਆਦਾ ਜਿਆਦਾ اٹੈਂਡ ਕਰਨੀ ਹੈ ਰਾਈਟ ਲਾਈਵ اٹੈਂਡ ਕਰਨਾ ਹੈ ਉਸ ਤੋਂ ਬਾਅਦ ਰਿਕਾਰਡਿੰਗ ਤਾਂ ਉਸ ਦਾ ਤੁਹਾਨੂੰ ਜਿਹੜਾ ਹੈ ਮਿਲ ਹੀ ਜਾਣਾ ਹੈ ਰਾਈਟ ਉਸ ਤੋਂ ਬਾਅਦ ਸਟ੍ਰੈਟਜੀ ਫੋਰ ਬਹੁਤ ਸਿੰਪਲ ਹੈ ਜਿੰਨਾ ਕੰਟੈਂਟ ਅਸੀਂ ਤੁਹਾਨੂੰ ਕਰਵਾਏਗੇ ਉਹ ਕੰਟੈਂਟ ਨੂੰ ਤੁਸੀਂ ਕਵਰ ਕਰਨਾ ਹੈ ਪ੍ਰੀਵियस ਇਅਰ ਕੁਐਸ਼ਨਸ ਘੱਟੋ ਘੱਟ 5 ਵਾਰ ਹੱਥ ਤੋਂ ਲਗਾਉਣੇ ਹੈ ਐਮਪੀਟੈਲ ਦੀ ਬੁੱਕ ਘੱਟੋ ਘੱਟ ਹੱਥਨ ਤੋਂ 2 ਵਾਰ ਲਗਾਣੀ ਹੈ ਜਿੰਨਾ ਕੰਸਰਟ ਕੰਟੈਂਟ ਕ੍ਰਾਸ ਕਲਾਸ ਵਿੱਚ ਕਰੇਗੇ ਉਸ ਨੂੰ ਆਪਾਂ ਨੇ ਰਿਕਵਰ ਕਰਨਾ ਹੈ ਕਿਉਂਕਿ ਕਨਸੈਪਟ ਉੱਥੇ ਤੋਂ ਬਣੇਗਾ ਕੰਫੀਡੈਂਸ ਆਏਗਾ ਕੁਐਸ਼ਨਸ ਲਗਾ ਕੇ ਕੁਐਸ਼ਨਸ ਲਗਾਣੇ ਆਪਾਂ ਨੇ ਜਿਆਦਾ ਤੋਂ ਜਿਆਦਾ ਟੈਸਟ ਸੀਰੀਜ਼ ਦੇ ਥਰੂ ਕੁਐਸ਼ਨਸ ਲਗਾਣੇ ਆ ਪ੍ਰੈਕਟਿਸ ਕੁਐਸ਼ਨਸ ਲਈ ਐਮਪੀਟੈਲ ਦਾ ਬੁੱਕ ਹੈਗੀ ਹੈ ਤਾਂ 100 ਡੇਜ਼ ਅਗਲੇ ਡਿਸਾਈਡ ਕਰ ਲਓ ਕਿ ਕਿਸੇ ਵੀ ਦਿਨ ਦੇ ਵਿੱਚ ਪੜਨ ਲਈ ਕਾਲਜ ਗoing ਹੋ ਵਰਕਿੰਗ ਹੋ ਕੁਝ ਵੀ ਕਰ ਰਹੇ ਹੋ ਅਗਰ ਤੁਸੀਂ ਇੱਕ ਦਿਨ ਦੇ ਅੰਦਰ 5 ਤੋਂ 6 ਘੰਟੇ ਕੱਢ ਲਏ दैट विल बी ਮੋਰ ਦਨ ਸਫੀਸ਼ੀਐਂਟ ਮੋਰ ਦਨ ਸਫੀਸ਼ੀਐਂਟ ਟੂ ਕ੍ਰੈਕ ਥਿਸ ਐਗਜ਼ਾਮ ਬਿਲੀਵ ਮੀ ਕੋਈ ਡਿਫਿਕਲਟ ਐਗਜ਼ਾਮ ਨਹੀਂ ਹੈ ਕਨਸੈਪਟ ਬੇਸਡ ਐਗਜ਼ਾਮ ਹੈ ਸਬਜੈਕਟ ਨੂੰ ਕਨਸੈਪਟ ਦੇ ਕਲੀਅਰ ਕਲੈਰਿਟੀ ਕਰਕੇ ਪੜ੍ਹਨਾ ਹੈ ਸਬਜੈਕਟ ਨੂੰ ਰੱਟਾ ਮਾਰ ਕੇ ਨਹੀਂ ਪੜ੍ਹਨਾ रट्टा मार के अगर पढ़ोगे सब्जैक्ट तक तो क्वेश्चन ही नहीं कर पाओगे ये याद रखने वाला एग्जाम नहीं है कॉलेज वाला एग्जाम नहीं है एक कंसैप्ट वाला एग्जाम है चीज समझ के करना है कि अगर ये डिवाइडेड बाय टू करे तो क्यों करे मल्टीप्लाई बाय थ्री हो रहा है तो क्यों हो रहा है डिवीजन करे तो क्यों किता है इंटीग्रेशन कितना सबसा क्यों किता है कंसैप्ट समझ के करना है विदाउट कंसैप्ट क्लैरिटी तो एग्जाम नहीं निकलेगा समझ के करना है रट्टा मार के एग्जाम क्वालिफाई नहीं होएगा जितना मर्जी प्रिपरेशन कर लो ਬੜੀ ਸਿੰਪਲ ਜੀ ਸਟਰੈਟਜੀ ਰੱਖਣੀ ਹੈ ਕਿ ਡੇਲੀ ਮੈਂ 5-6 ਘੰਟੇ ਦੇਣੇ ਆ ਫਿਕਸ ਕਰ ਲੋ 2-3 ਘੰਟੇ ਸਵੇਰੇ 2-3 ਘੰਟੇ ਸ਼ਾਮ ਨੂੰ ਮੋੜ ਦੇ ਸਫੀਸ਼ੀਐਂਟ ਹੈ ਅਗਰ ਤੁਸੀਂ ਇਸ ਐਗਜ਼ਾਮ ਨੂੰ ਕ੍ਰੈਕ ਕਰਨਾ ਚਾਹੁੰਦੇ ਹੋ ਜਿੰਨਾ ਹੋ ਸਕੇ ਟਾਈਮ ਜਿਆਦਾ ਤੋਂ ਜਿਆਦਾ ਸਪੇਅਰ ਕਰੋ ਸੈਟਰਡੇ ਸੰਡੇ ਫ੍ਰੀ ਹੈ ਸਰ ਟਾਈਮ ਡਿਵੋਟ ਕਰੋ ਜਿੰਨਾ ਜਿਆਦਾ ਹੋ ਸਕਦਾ ਹੈ ਔਰ ਟਰਾਈ ਕਰੋ ਕਿ ਇਸੀ ਪਹਿਲੀ ਵਾਰੀ ਦੇ ਵਿੱਚ ਇਸ ਐਗਜ਼ਾਮ ਨੂੰ ਜਿਹੜਾ ਹੈ ਉਹ ਤੁਸੀਂ ਕ੍ਰੈਕ ਕਰ ਜਾਓ ਰਾਈਟ ਤੇ ਇਹ ਇਹੀ ਚੀਜ਼ਾਂ ਸਾਰੀ ਸਾਰੀਆਂ ਪ੍ਰਾਈਸ ਲਈ ਬਹੁਤ بڑا ਕੁਸ਼ਸ਼ਨ ਜੀਗਾ ਕਿਸ ਰੈਪਲਾਈਸ ਕੀ ਰਹੇਗਾ ਵੈਲਿਡਿਟੀ ਦੇਖੋ ਵੈਲਿਡਿਟੀ ਕਿਉਂਕਿ ਫਰਵਰੀ ਦੇ ਵਿੱਚ ਹੈ ਤਾਂ ਤੁਮ 6 ਮਹੀਨੇ ਦਾ ਤੁਹਾਨੂੰ ਇਸ ਵਿੱਚ ਵੈਲਿਡਿਟੀ দেয়া ਹੈ 6 ਮਹੀਨੇ ਦੇ ਵਿੱਚ ਤੁਸੀਂ ਇਹਦਾ ਬੜੇ इजीली ਤੁਹਾਡਾ ਪ੍ਰੋਫੈਸ਼ਨ ਕਰ ਸਕਦੇ ਹੋ ਪ੍ਰਾਈਜ਼ਿੰਗ ਜਿਹੜਾ ਹੈ ਪਿਛਲੀ ਵਾਰ ਅਸੀਂ ਆਈ ਥਿੰਕ ਮੈਨੂੰ ਜਿੱਥੇ ਦਾ ਯਾਦ ਹੈ ਕੁਝ 18000 ਦੇ আর 19000 ਦੇ ਆਸਪਾਸ ਰੱਖੇ ਸੀ ਪਿਛਲੀ ਵਾਰ ਚਾਰजेस ਤੇ ਜਿਸ ਦੇ ਵਿੱਚ ਆਪਣੇ 6 7 ਸਟੂਡੈਂਟ ਆਪਣੇ ਸਿਲੈਕਟ ਹੋਏ ਸੀ ਕਿ ਇਲੈਕਟ੍ਰੀਕਲ ਦੇ ਉਹ ਮੈਂ ਡਿਟੇਲ ਸਾਰਾ ਪਾ ਚੁੱਕੇ ਹਾਂ ਕੁਝ ਨਾ ਇੰਟਰੈਕਸ਼ਨਸ ਮੇਰੀ ਚੱਲ ਰਹੀ ਹੈ ਉਹਨਾਂ ਨਾਲ ਉਹ ਵੀ ਮੈਂ ਇੰਟਰੈਕਸ਼ਨ ਕਰਕੇ ਉਹਨਾਂ ਨਾਲ ਪਾ ਦਾਂਗਾ ਉਸ ਤੋਂ ਬਾਅਦ ਜਿਹੜਾ ਇਸ ਵਾਰ ਹੈ 50% ਦੇ ਉੱਪਰ ਮੈਂ ਇਸ ਦਾ ਰੱਖਿਆ ਚਾਰਜਸ 50% ਇਸ ਦਾ ਲੋਚਿੰਗ ਲਾਂਚਿੰਗ ਆਫਰ ਹੈ ਮਤਲਬ 9000 ਦੇ ਉੱਪਰ ਇਸ ਦਾ ਜਿਹੜਾ ਪ੍ਰਾਈਸ ਹੈ ਆ ਜਿਹੜਾ ਇਸ ਦਾ ਰੱਖਿਆ ਹੈ ਆਪਾਂ ਨੇ ਇਸ ਦਾ ਲਾਂਚ ਕਰਨ ਦਾ ਪ੍ਰਾਈਸ ਤੇ ਜਿਹੜਾ ਵੀ ਕਰਨਾ ਚਾਹੋ ਕਰ ਸਕਦੇ ਆ ਆ オンલાઈન ਜੁਆਇਨ ਕਰ ਦੋ ਲਿੰਕ ਇਸ ਦੇ ਵਿੱਚ ਇਟ ਵਿ ਬੀ ਡਿਸਕ੍ਰਿਪਸ਼ਨ ਚ ਪਿਆ ਹੈ ਵੀਡੀਓ ਦੇ ਜੁਆਇਨ ਕਰਨ ਦਾ ਡਾਇਰੈਕਟਲੀ ਔਰ ਉਸ ਤੋਂ ਬਾਅਦ ਕੋਈ ਡਾਊਟ ਹੈ ਤੁਸੀਂ ਮੈਨੂੰ ਚਾਹ ਡਾਇਰੈਕਟਲੀ ਕਾਲ ਕਰ ਲਓ ਜਾਂ ਇਸ ਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਇੱਕ Google ਫਾਰਮ ਹੈ ਉਸ Google ਫਾਰਮ ਨੂੰ ਫਿਲ ਕਰ ਲਓ so that ਕਿ ਤੁਹਾਨੂੰ ਉੱਥੇ ਤੋਂ ਕੋਈ ਕੁਐਰੀ ਰਹਿੰਦੀ ਹੈ ਤਾਂ ਐਗਜ਼ੀਕਿਟਿਵ ਤੁਹਾਨੂੰ ਕਾਲ ਕਰ ਲਏਗੇ ਔਰ ਤੁਸੀਂ ਉਹਨਾਂ ਤੋਂ ਆਪਣੀ ਸਾਰੀ ਦੇ ਸਾਰੇ ਡਾਊਟ ਜਿਹੜੇ ਹਨ ਆਪਣੀ ਕਲੀਅਰ ਤੁਸੀਂ ਕਰ ਸਕਦੇ ਹੋ <laughs> एसी के सारे के सारे डाउट 14 अक्टूबर को सैटरडे को आपा क्लासेस स्टार्ट करेंगे अ ਤੁਹਾਨੂੰ ਪ੍ਰੋਪਰ ਸ਼ਡਿਊਲ ਮਿਲ ਜੇਗਾ ਕੱਲ ਇਵਨਿੰਗ ਤੱਕ ਜਿਹੜੇ ਜਿਹੜੇ ਜੁਆਇਨ ਕਰ ਗਏ ਕੱਲ ਇਵਨਿੰਗ ਤੱਕ ਤੁਹਾਨੂੰ ਸਾਰਿਆਂ ਨੂੰ ਸ਼ਡਿਊਲ ਮਿਲ ਜੇਗਾ ਬੁੱਕਲੇਟਸ ਜਿਹਨਾਂ ਜੁਆਇਨ ਕਰਤੇ ਉਹਨਾਂ ਦੇ ਡਿਸਪੈਚ ਹੋਣੀ ਸਟਾਰਟ ਹੋ ਗਈ ਹੈਂ ਔਰ ਆਪਣਾ ਪ੍ਰੋਸੀਡ ਕਰੋ ਬੱਚੋ ਬਹੁਤ ਅਚੀ ਓਪਰਚੁਨਿਟੀ ਹੈ ਅ ਇਸ ਚੀਜ਼ ਨੂੰ ਦਿਮਾਗ ਚੋਂ ਕੱਢ ਦੋ ਕਿੰਨੀ ਸੀਟਸ ਆਇੰਗੀਆਂ ਕਦੋਂ ਹੋਏਗਾ ਕੀ ਹੋਏਗਾ ਇਸ ਨੂੰ ਦਿਮਾਗ ਤੇ ਛੋੜ ਕਰ ਦੋ اور ਮੈਂ ਤੁਹਾਨੂੰ ਦੂਜੀ ਸਟਰੈਟਜੀ ਇਹ ਵੀ ਦੇ ਕੇ ਚੱਲ ਰਿਹਾ ਕਿ ਅਗਸਤਪੁਰ ਪੀਐਸਪੀਸੀਲ 'ਚ ਨਹੀਂ ਹੁੰਦਾ ਮੰਨ ਲਓ ਸੋਚੋ ਤੁਹਾਡੇ ਮਾਰਕਸ ਘਟ ਰਹੇ ਜੰਨੇ ਆ ਤਾਂ ਪਬਲਿਕ ਸੈਕਟਰ ਆਪਣੇ ਕੋਲ ਓਪਨ ਹੈ ਔਰ GATE ਦੀ ਓਵਰਲ ਪ੍ਰੋਫੈਸ਼ਨ ਜਦੋਂ ਤੁਸੀਂ ਕਰਦੇ ਹੋ ਤੁਹਾਡਾ ਇੱਕ ਲੈਵਲ ਬਣਦਾ ਹੈ ਉਸ ਲੈਵਲ ਜਿਹੜਾ ਤੁਹਾਡੇ ਬਣੇਗਾ ਉਸ ਲੈਵਲ ਦੇ ਨਾਲ ਤੁਹਾਡੇ ਬਾਕੀ ਐਗਜ਼ਾਮ ਕਰੈਕ ਹੋਣ ਦੀ ਪ੍ਰੋਬੈਬਿਲਿਟੀ ਹੈ ਜਿਹੜੀ ਉਹ ਵੱਧ ਜਾਂਦੀ ਹੈ ਚਾਹੇ ਤੁਹਾਡਾ PSU PCSL ਦਾ ਮੰਨ ਲਓ ਸਪੋਤ JEE ਅਗਰ ਸਪੋਤ ਤੁਹਾਡੇ ਕੋਲ ਡਿਪਲੋਮਾ ਹੈਗਾ ਜਾਂ ਅਦਰ ਸਟ ਅਦਰ ਜਿਹੜੇ ਐਗਜ਼ਾਮ ਨਿਕਲਦੇ ਨੇ JEE ਦੇ ਜਾਂ AI ਦੇ SDU ਦੇ ਐਗਜ਼ਾਮ ਨਿਕਲਦੇ ਨੇ ਪ੍ਰੋਬੈਬਿਲਿਟੀ ਜਿਹੜੀ ਹੈ ਉਹ ਵੱਧ ਜੇਗੀ ਅਗਰ ਤੁਸੀਂ ਇੱਕ ਵਾਰ GATE ਦਾ ਜਿਹੜਾ ਹੈ ਪੂਰਾ ਪ੍ਰੋਫੈਸ਼ਨ ਜਿਹੜਾ ਹੈ ਉਹ ਕੰਪਲੀਟ ਕਰ ਲੋਗੇ ਇਸ ਤਰਿਕੇ ਨਾਲ ਫੋਲੋ ਕਰੋ ਜੋ ਮੈਂ ਤੁਹਾਨੂੰ ਬੋਲ ਰਿਹਾ ਹਾਂ ਉਸ ਨੂੰ ਫੋਲੋ ਕਰੋ ਬਲੀਵ ਮੀ ਤੁਸੀਂ ਜਿਹੜਾ ਇਸ ਐਗਜ਼ਾਮ ਨੂੰ ਕ੍ਰੈਕ ਕਰ ਸਕਦੇ ਹੋ ਤੁਸੀਂ ਜਿਹੜੀ ਹੈ ਜੌਬ ਲੈ ਸਕਦੇ ਹੋ ਰਾਈਟ ऑल द बेस्ट ਐਂਡ ਥੈਂਕ ਯੂ ਫॉर ਲਿਸਨਿੰਗ ਟੂ ਥਿਸ